ਪੰਚ ਵਿੱਚ ਪੜ੍ਹਦੀ ਹ ਮੇਰੀ ਪੰਜਾਬੀ ਦੀ ਕਿਤਾਬ ਵਿੱਚ ਇੱਕ ਲੈਸਨ ਹੈ ਬਾਗਿਆਰ ਮਾਂ ਬਿੱਲੀ ਚਿੜੀ ਰੁੱਖ ਬਿੱਲੀ ਤੇ ਸਭ ਇੱਕ ਦਿਨ ਕਿਸਾਨ ਅਤੇ ਉਸ ਦੀ ਪਤਨੀ ਕਰਵਾਲੀ ਜੀਤੋ ਆਪਣੇ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਤਾਂ ਉਹਨਾਂ ਦੇ ਵੇੜੇ ਵਿੱਚ ਇੱਕ ਬਹੁਤ ਵੱਡਾ ਸਾਰਾ ਰੁੱਖ ਸੀ ਉੱਥੇ ਇੱਕ ਬਿੱਲੀ ਤੇ ਇੱਕ ਚਿੜੀ ਵੀ ਰਹਿੰਦੇ ਸਨ ਉਹ ਸਾਰੇ ਆਪਸ ਵਿੱਚ ਮਿਲ ਕੇ ਇੱਕ ਡੱਬਰ ਵਾਂਗ ਰਹਿੰਦੇ ਸਨ ਇੱਕ ਦਿਨ ਕਿਸਾਨ ਦੀ ਪਤਨੀ ਜੀਤੋ ਨੇ ਕਿਹਾ ਬਿਲੀ ਬਿਲੀ ਪੱਜਾ ਤੂੰ ਸਾਡਾ ਦੁੱਧ ਪੀ ਜਾਣੀ ਹੈ ਤੂੰ ਸਾਡੀਆਂ ਮੁਰਗੀਆਂ ਖਾ ਜਾਣੀ ਹੈ ਤੂੰ ਕਿਸੇ ਕੰਮ ਚੁਗੀ ਹੈ ਵੀ ਡੰਡਾ ਫੜ ਕੇ ਉਹ ਬਿੱਲੀ ਦੇ ਮਾਰਨ ਹੀ ਲੱਗੀ ਸੀ ਬਿੱਲੀ ਬੋਲੀ ਮਿਆ ਮਿਆ ਤੂੰ ਮੈਨੂੰ ਮਾਰ ਨਾ ਕਿਸੇ ਸਮੇ ਮੈਂ ਤੇਰੀ ਮਦਦ ਕਰਾਂਗੀ ਤੂੰ ਚੂਹੇ ਖਾਣੀ ਹੈ ਮਾਨੋ ਬਿੱਲੀ ਮੇਰੇ ਲਈ ਕੀ ਕਰੇਗੀ ਜੀਤੋ ਨੇ ਨੱਕ ਜੜਿਆ ਫਿਰ ਜੀਤੋ ਚਿੜੀ ਕੋਲ ਗਈ ਅਤੇ ਆਖਣ ਲੱਗੀ ਉੱਧ ਜਾ ਚਿੜੀਏ ਹਰ ਸਮੇਂ ਚੀ ਚੀਲਾਈ ਰੱਖਦੀ ਏ ਮੇਰੇ ਚੌਲ ਖਾ ਜਾਣੀ ਏ ਫਲ ਟੁੱਕ ਜਾਣੀ ਏ ਤੂੰ ਨਾ ਕਿਸੇ ਕੰਮ ਦੀ ਨਾ ਕਰਦੀ ਮੈਨੂੰ ਉਡਾ ਨਾ ਕਿਸੇ ਸਮੇਂ ਮੈਂ ਤੇਰੀ ਮਦਦ ਕਰਾਂਗੀ ਚਿੜੀ ਬੋਲੀ ਹੂੰ ਤੂੰ ਮੇਰੀ ਕੀ ਮਦਦ ਕਰੇਂਗੀ ਜੀਤੋ ਨੇ ਮੱਥੇ ਉੱਤੇ ਟੀਉਣੀਆਂ ਪਾਈਆਂ ਉਸ ਪਿੱਛੋਂ ਜੀਤੋ ਰੁੱਖ ਵੱਲ ਗਈ ਅਤੇ ਆਖਣ ਲੱਗੀ ਰੁੱਖਾ ਰੁੱਖਾ ਮੈਂ ਤੂੰ ਮੈਨੂੰ ਐਵੇਂ ਹੀ ਵਕਤ ਪਾਇਆ ਹੋਇਆ ਹੈ ਹਰ ਸਮੇਂ ਮੈਂ ਤੇਰੇ ਹਟੋ ਪੱਤੇ ਹੁੰਝੀ ਰਹਿਂਦੀ ਹਾਂ ਆ ਚਿੜਚਿੜ ਵੀ ਤੇਰੇ ਪੱਤਿਆਂ ਵਿੱਚ ਹੀ ਰਹਿੰਦੀ ਹੈ ਜੀਤੋ ਨੇ ਕਿਹਾ ਨਾ ਤੂੰ ਤੁਰ ਸਕੇ ਨਾ ਤੂੰ ਕੁਝ ਕਰ ਸਕੇ ਮੇਰੇ ਲਈ ਤੂੰ ਕੀ ਕਰੇਂਗਾ ਇੱਕ ਦਿਨ ਬਹੁਤ ਗਰਮੀ ਸੀ ਸਾਰਾ ਦਿਨ ਕਿਸਾਨ ਆਪਣੀ ਖੇਤਾਂ ਵਿੱਚ ਪੈ ਲਿਆ ਵਿੱਚ ਹਲ ਵਾਹ ਰਿਹਾ ਰਾਤ ਨੂੰ ਕਰ ਆਇਆ ਤਾਂ ਉਹ ਥੱਕਿਆ ਹੋਇਆ ਸੀ ਉਹ ਰੋਟੀ ਪਾਣੀ ਖਾ ਕੇ ਰੁੱਖ ਹੇਠਾਂ ਸੌਂ ਗਿਆ ਅਤੇ ਸਾਰੇ ਦਿਨ ਦੀ ਥਕੀ ਟੁੱਟੀ ਊਰਜੀ ਕਰਵਾਲੀ ਵੀ ਆਪਣਾ ਮੰਜਾ ਢਾਕੇ ਰੁੱਖ ਹੇਠਾਂ ਪੈ ਗਈ ਠੰਡੀ ਠੰਡੀ ਹਵਾ ਚੱਲ ਰਹੀ ਸੀ ਦੋਹਾਂ ਨੂੰ ਗੂੜੀ ਨੀਂਦ ਆ ਗਈ ਚਿੜੀ ਨੇ ਉੱਥੇ ਇੱਕ ਸੱਪ ਨੂੰ ਆਉਂਦਿਆ ਵੇਖਿਆ ਅਤੇ ਚੀਚੀ ਕਰਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬਿੱਲੀ ਨੇ ਸੱਪ ਦੇ ਪੂਛ ਉੱਤੇ ਪੰਜਾ ਜੜੇ ਦਿੱਤਾ ਅਤੇ ਸੱਪ ਨੇ ਗੁੱਸੇ ਵਿੱਚ ਆ ਕੇ ਇੱਕ ਜ਼ੋਰਦਾਰ ਫੁੰਕਾਰਾ ਛੱਡਿਆ ਤੇ ਫਿਰ ਉਹ ਬਿੱਲ ਕਿਸਾਨ ਅਤੇ ਉੱਠੀ ਕਰ ਵਾਲੀ ਵੀ ਉੱਠ ਗਏ ਅਤੇ ਦੇਖਿਆ ਕਿ ਸੱਪ ਉਨੇ ਤੱਕ ਸੁਪਣਛੋਤ ਹੋ ਗਿਆ ਸੀ ਫਿਰ ਉਹ ਫਿਰ ਜੀਤੋ ਬਿੱਲੀ ਕੋਲ ਗਈ ਅਤੇ ਮਾਫੀ ਮੰਗਣ ਲੱਗੀ ਬਿੱਲੀ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਗਲਤ ਸਮਝੇ